ਸਤਿ ਸ਼੍ਰੀ ਅਕਾਲ ਦੋਸਤੋ, ਦੁਨੀਆਂ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਕੁਝ ਲੋਕਾਂ ਵੱਲੋਂ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਧੱਕਾ ਕੀਤਾ ਜਾ ਰਿਹਾ, ਇਸ ਦੇ ਨਾਲ ਸੰਬੰਧਿਤ ਇੱਕ ਸੀਰੀਜ਼ ਦੇ ਤਹਿਤ ਹਰ ਰੋਜ਼ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਹਾਂ। ਅਤੇ ਦੂਜੇ ਪਾਸੇ ਗੱਲ ਕਰੀਏ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਵੀ ਇੱਕ ਮੁੱਦਾ ਇਸ ਸਮੇਂ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਹੈ, ਜਿੱਥੇ ਕਿ ਉਹਨਾਂ ਨੇ ਕੁਝ ਪਖੰਡੀ ਬਾਬਿਆਂ ਦੇ ਖਿਲਾਫ਼ ਇੱਕ ਜੰਗ ਵਿੱਢ ਦਿੱਤੀ ਹੈ, ਜਿਸ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਕੁਝ ਮੁਸੀਬਤਾਂ ਕੁਝ ਧਮਕੀਆਂ ਦਾ ਵੀ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਉਹ ਲਗਾਤਾਰ ਡਟੇ ਹੋਏ ਹਨ। ਉੱਥੇ ਹੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੱਕ ਇਹ ਰੂਪ, ਇੱਕ ਇਹ ਸੇਵਾ ਵੀ ਉਹਨਾਂ ਦੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਦੁਨੀਆਂ ਵੱਲੋਂ ਲਤਾੜੇ ਗਏ, ਲੋਕਾਂ ਵੱਲੋਂ ਆਪਣੇ ਨਫੇ ਦੇ ਲਈ ਗੁਲਾਮ ਬਣਾਏ ਗਏ ਇਹਨਾਂ ਲੋਕਾਂ ਦੇ ਲਈ ਵੀ ਕਿਸ ਤਰ੍ਹਾਂ ਡਟਦੇ ਨੇ, ਜਿੱਥੇ ਕਿ ਉਹ ਵੀਰਪਾਲ ਖਰੋੜ ਜੋ ਕਿ ਆਪਣਾ ਫਰਜ਼ ਸੇਵਾ ਸੁਸਾਇਟੀ ਤੋਂ ਹਨ, ਉਹਨਾਂ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਇੱਕ ਬਜ਼ੁਰਗ ਨੂੰ ਛੁਡਵਾ ਕੇ ਲਿਆਏ ਜੋ ਕਿ 10 ਸਾਲ ਤੱਕ ਇੱਕ ਗੁਲਾਮ ਦੀ ਜ਼ਿੰਦਗੀ ਜੀ ਰਿਹਾ ਸੀ, ਅਤੇ ਜਿਸ ਦੀ ਧੀ ਨੂੰ ਸਿਰਫ ਸਰਕਾਰੀ ਨੌਕਰੀ ਇਸ ਕਰਕੇ ਨਹੀਂ ਮਿਲੀ ਕਿਉਂਕਿ ਉਸਦਾ ਬਾਪ ਨਹੀਂ ਸੀ ਉਹਦੇ ਜ਼ਰੂਰੀ ਕਾਗਜ਼ਾਤ ਪੂਰੇ ਕਰਨ ਦੇ ਲਈ, ਅਤੇ ਨਾ ਹੀ ਉਸਦੇ ਬਾਪ ਦਾ ਕੋਈ ਡੈਥ ਸਰਟੀਫਿਕੇਟ ਉਸਦੇ ਕੋਲ ਸੀ, ਜਿਸ ਦੇ ਕਰਕੇ ਉਹਦੀ ਧੀ ਨੂੰ ਵੀ ਵੱਡਾ ਸੈਕਰੀਫਾਈਸ ਕਰਨਾ ਪਿਆ। ਸੋ ਆਓ ਦੇਖੋ ਇਹ ਪੂਰੀ ਵੀਡੀਓ ਅਤੇ ਇਸ ਮਾਮਲੇ 'ਤੇ ਅਜਿਹੇ ਜੋ ਸਰਪੰਚ ਹੈ, ਹਾਲਾਂਕਿ ਪਿੰਡ ਦਾ ਮੋਢੀ ਹੁੰਦਾ, ਪਿੰਡ ਦੇ ਵਿੱਚ ਗਲਤ ਕੰਮ ਹੋਣ ਤੋਂ ਰੋਕਣਾ ਵੀ ਇੱਕ ਫਰਜ਼ ਹੁੰਦਾ ਹੈ ਸਰਪੰਚ ਦਾ, ਪਰ ਇਹ ਸਰਪੰਚ ਹੀ ਆਪ ਕਿਸ ਤਰ੍ਹਾਂ ਦੇ ਗਲਤ ਕੰਮ ਕਰ ਰਿਹਾ। ਅਜਿਹੇ ਸਰਪੰਚ ਹੈ 'ਤੇ ਕੀ ਤੁਹਾਨੂੰ ਲੱਗਦਾ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਯੈਸ ਜਾਂ ਨੋ ਦੇ ਵਿੱਚ ਆਪਣੀ ਰਾਏ ਦੱਸਣਾ, ਅਤੇ ਦੇਖੋ ਹੁਣ ਪੂਰੀ ਵੀਡੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਗਤ ਜੀ, ਇਸ ਟਾਈਮ ਅਸੀਂ ਰਾਜਸਥਾਨ ਦੇ ਵਿੱਚ ਹਾਂ ਜੀ, ਸਵੇਰ ਦੇ 8:30 ਵੱਜ ਚੁੱਕੇ ਨੇ ਜੀ, ਅਤੇ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਦੇਖਣਾ। ਤੁਸੀਂ ਦੇਖਣਾ ਇੱਕ ਪੰਜਾਬੀ ਭਰਾ ਨੂੰ ਕਿੱਦਾਂ ਕੁੱਟਮਾਰ ਕਰਕੇ, ਕਿੱਦਾਂ ਇੱਕ ਬੱਚਿਆਂ ਤੋਂ ਬਾਪ ਨੂੰ ਖੋਇਆ ਗਿਆ, ਕਿੱਦਾਂ ਘਰ ਦਾ ਸਾਰਾ ਕੰਮ ਕਰਵਾਇਆ ਜਾ ਰਿਹਾ ਪਿੰਡ ਦੇ ਸਾਬਕਾ ਸਰਪੰਚ ਦੇ ਘਰੇ ਜੀ, ਅਤੇ ਤੁਸੀਂ ਇਸ ਵੀਡੀਓ ਨੂੰ ਦੇਖਣਾ ਅਤੇ ਹਾਲਾਤ ਦੇਖਣੇ ਨੇ ਕਿੱਦਾਂ ਪੰਜਾਬੀ ਭਰਾਵਾਂ 'ਤੇ ਜ਼ੁਲਮ ਹੋ ਰਹੇ ਨੇ। ਸਾਡੀ ਬੇਨਤੀ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਅੱਗੇ ਵੀ ਤੁਸੀਂ ਇੱਦਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਇੱਦਾਂ ਦੇ ਇਨਸਾਨਾਂ ਨੂੰ ਲਾਹਨਤਾਂ ਜ਼ਰੂਰ ਪਾਇਓ ਜਿਹੜੇ ਇੱਦਾਂ ਦੇ ਵੀਰਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ, ਆਪਣੇ ਘਰਾਂ ਦੇ ਵਿੱਚ ਕੁੱਟਮਾਰ ਕਰਦੇ ਨੇ ਅਤੇ ਤਸ਼ੱਦਦ ਕਰਦੇ ਨੇ, ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ ਵੀ ਤੁਸੀਂ ਅਜੇ ਵੀ ਗੁਲਾਮ ਹੋ। ਅਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਸਾਰੇ ਭੈਣ ਭਰਾਵਾਂ ਨੇ ਜ਼ਰੂਰ ਦੇਖਣਾ, ਅਤੇ ਅਸੀਂ ਲਾਸਟ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵੀ ਮਸਲਾ ਕੀ ਆ ਜੀ। ਕੌਣ ਨਹੀਂ ਲਾਉਂਦੇ ਤਾਂ ਬਿਲਕੁਲ ਨਹੀਂ ਲਾਉਂਦੇ।
ਕਿੰਨਾ ਟਾਈਮ ਹੋ ਗਿਆ ਜੀ ਲਾਪਤਾ? ਤੁਸੀਂ ਆਓ ਜੀ ਮਾੜਾ ਜਿਹਾ। 11 ਸਾਲ ਹੋ ਗਏ ਜੀ। 13 ਸਾਲ ਹੋ ਗਏ। ਜਿੰਦਰਾ ਤੈਨੂੰ ਪਹਿਚਾਣ ਨੀ ਆ ਰਿਹਾ ਵੀਰੇ? ਛੋਟੀ ਸੀ ਨਾ ਗੁੜੀਆ ਤੋਂ, ਛੋਟੇ ਛੋਟੇ ਸੀ ਜਦੋਂ ਨਿਕਲ ਗਏ। ਸਾਰੇ ਡਾਕੂਮੈਂਟ ਲੈ ਕੇ ਆਏ, ਸਾਰੇ ਡਾਕੂਮੈਂਟ ਲੈ ਕੇ ਆਏ ਅਸੀਂ। ਅਸੀਂ ਕਿਸੇ ਦੇ ਹੱਥੇ ਨਹੀਂ ਚੜਨ ਦਿੱਤਾ ਗਾ, ਨਹੀਂ ਤਾਂ ਬਥੇਰੇ ਲਗਾਣ ਨੂੰ ਕਰਦੇ। ਹੱਥੇ ਹੀ ਆ, ਹੋਰ ਕਿੱਥੇ ਜਿਹੜਾ ਹੱਥੇ ਹੀ ਆ ਪੈਣੇ। 10 ਸਾਲ ਬੰਦਾ ਤੁਹਾਨੂੰ ਕਿਸੇ ਨੂੰ ਲੱਗ ਨਹੀਂ ਗਿਆ, ਤੁਸੀਂ ਬਾਈ ਜੀ ਨੂੰ ਬੁਲਾਓ ਜਿਹੜੇ ਮੇਨ ਬੰਦੇ ਉਹਦੇ ਘਰ ਦੇ। ਤੁਸੀਂ ਨਾ ਕਰੋ ਗੱਲ, ਤੁਸੀਂ ਬਾਈ ਜੀ ਨੂੰ ਬੁਲਾਓ ਜਿਹੜੇ ਮੇਨ ਬੰਦੇ ਤੁਹਾਡੇ, ਜਿਹੜੇ ਪੁਰਾਣੇ ਨਾਮ ਪਤਾ ਤਾਂ ਦੱਸਦਾ, ਪਰ ਇਹਨੂੰ ਪੁੱਛਿਆ ਪਾਊ ਹੈ ਕਿੱਥੇ, ਕਹਿੰਦਾ ਕਹਿੰਦੇ ਕਹਿੰਦਾ ਬਠਿੰਡੇ। ਜੈਤੋ ਮੰਡੀ ਦੱਸ ਰਿਹਾ ਤੁਸੀਂ, ਉਹ ਬਾਈ ਦੱਸ ਵੀ ਰਿਹਾ ਮੈਨੂੰ ਕੁੱਟਦੇ ਨੇ। ਹਾਂਜੀ ਚਰਨਜੀਤ ਨੂੰ ਫੋਨ ਲਾਇਆ ਚਰਨਜੀਤ ਨੂੰ, ਉਹਦਾ ਨਾਂ ਹੋਰ ਲਖਵੀਰ ਨੂੰ। ਸਾਰੇ ਨਾ ਜਾਇਓ, ਖੜ ਜਾਓ, ਉਰੇ ਖੜ ਜਾਓ। ਕਿੱਥੇ ਪੈਂਦਾ ਰਾਤ ਨੂੰ? ਕਿੱਥੇ ਇੱਥੇ ਬਹਿ ਕੇ ਦਿਖਾ ਕਿੱਥੇ ਪੈਂਦਾ? ਕਿੱਧਰ ਪਹਿਲਾਂ ਦੱਸ, ਤੈਨੂੰ ਕੁੱਟਦੇ ਮਾਰਦੇ ਵੀ ਨਹੀਂ? ਆ ਜਾਂਦੇ ਇੱਕ ਦਿਨ ਵਿੱਚ। ਗੱਲ ਤੇ ਫਲ ਕਿਵੇਂ ਕਦੇ ਕਦੇ ਕੁੱਟਦੇ ਆ, ਹੋ ਗਈ ਗਲਤੀ ਹੋ ਗਈ। ਚਲੋ ਜੀ ਕਿਤੇ ਕਿਤੇ ਆ ਜੀ, ਇਹ ਤੂੰ ਖੁੱਲ ਕੇ ਦੱਸ। 1 ਮਿੰਟ ਦੋ, 1 ਮਿੰਟ ਵੀਰੇ, 2 ਮਿੰਟ ਰੁਕੋ। ਜਦੋਂ ਤੋਂ ਗਲਤੀ ਹੋ ਜਾਂਦੀ ਆ ਤਾਂ ਕੁੱਟਦੇ ਨੇ। ਝਰਕਦੇ ਝਮਦੇ ਆ ਵੀ ਜਾਣੇ ਵੀ ਕਿਹਾ ਵੀ ਮੇਰੀ ਉਹਦੇ ਬੱਕੀ ਅੰਦਰ ਕਰਕੇ ਵੀਡੀਓ ਬਣਾਓ ਬਾਈ ਮਾੜੀ ਜੀ। ਰੋਟੀ ਖਾਂਦੇ ਆ ਹਾਲ ਹੁੰਦਾ ਉਹਨਾਂ ਦਾ।
ਗੱਲ ਦੀ ਗੱਲ ਰੋਟੀ ਪਾਣੀ ਅਸੀਂ ਇਹਨੂੰ ਲੈ ਜਾਈਏ ਉਹ ਤਾਂ 10 ਸਾਲ ਕੰਮ ਕਰਾਈਏ ਪਿੰਡ ਜਿਹੜਾ ਮਾਲਾ ਇੱਕ ਤਾਂ ਤੁਹਾਡਾ ਬੰਦਾ ਅਸੀਂ ਰੱਖਿਆ ਇਹ ਤਾਂ ਕਿਉਂ ਰੱਖਿਆ ਤੁਸੀਂ ਰੱਖ ਲੈਨੇ ਆ ਅਸੀਂ ਰੱਖ ਲੈਨੇ ਮੇਰੇ ਦਾਦੇ ਦਾ ਨਾਂ ਦੱਸੀ ਜਾਂਦਾ ਗਾ ਤੁਸੀਂ ਬਚਾਇਆ ਕਿਉਂ ਨੀਗਾ ਤੁਸੀਂ ਸਾਨੂੰ ਖਬਰ ਕਿਉਂ ਨੀ ਕੀਤੀ ਹੈ ਛੋਟੇ ਛੋਟੇ ਪੈ ਲੀੜੇ ਪਾਏ ਆ ਛੋਟਾ ਭਰਾ ਸੀ ਗੁਜ਼ਰ ਗਿਆ ਜਿਹੜੇ ਸਰਪੰਚ ਸਾਹਿਬ ਸੀ ਸਰਪੰਚ ਸੀ ਕੀ ਨਾਮ ਸੀ ਉਹਨਾਂ ਦਾ ਮਿਰਚੂ ਸੀ ਮਿਰਚੂ ਜੀ ਮਿਰਚੂ ਆ ਜਾਓ ਕੋਈ ਗੱਲ ਨੀ ਬੈਠਣ ਵਾਲਾ ਮਸਲਾ ਇਹ ਦੱਸੋ ਜੀ ਇਹਦਾ ਬੱਚੀ ਦਾ ਕੀ ਕਸੂਰ ਸੀਗਾ ਬਾਪ ਨਹੀਂ ਰੋਟੀ ਦੇਵਾਂਗੇ ਰੋਟੀ ਨੀ ਦਿੰਦੇ ਤੁਸੀਂ 10 ਸਾਲ ਸਾਡੇ ਨਾਲ ਚੱਲੋ ਸਾਡੇ ਬੰਦੇ ਨਾਲ ਕੰਮ ਕਰਾਇਆ ਨਾ ਸਾਡੇ ਬੰਦੇ ਤੋਂ ਤੁਸੀਂ ਸਾਡੇ ਕੰਮ ਕਰੋ ਕਾਨੂੰਨ ਹੈਗਾ ਆਪਣੇ ਨਾਲ ਸਭ ਕੁਛ ਬੰਦੇ ਨੇ ਰੱਖਿਆ ਦੇਖੋ ਸਾਨੂੰ ਸਾਰਾ ਕੁਛ ਪਤਾ ਬਾਈ ਤੁਸੀਂ ਐਵੇਂ ਕਰੋ ਆਪਣੇ ਮੇਰੀ ਗੱਲ ਸੁਣੋ ਇਹਨੂੰ ਤੁਸੀਂ ਅੱਜ ਹੀ ਨਾ ਨਵੇਂ ਕੱਪੜੇ ਪਾ ਦਿੰਦੇ ਸਾਰਾ ਕੁਝ ਕਰ ਸਾਰਾ ਕੁਝ ਠੀਕ ਹੈ ਤੁਸੀਂ 2 ਘੰਟਿਆਂ ਬਾਅਦ ਦੇਖ ਲਓ ਕਿਵੇਂ ਕਰਦਾ ਹੁਣ ਇਹਦੇ ਦਿਮਾਗੀ ਕੋਈ ਹੈਗੀ ਹੈ ਬਾਪੂ ਜੀ ਮੇਰਾ ਵੀ ਰੱਖਣਾ ਵੀਰ ਜੀ ਅਸੀਂ ਇੱਕ ਸੰਸਥਾ ਚਲਾਉਂਦੇ ਸਾਨੂੰ ਪਤਾ ਵੀ ਕਿੱਦਾਂ ਸੇਵਾ ਕਰੀਏ ਤਾਂ ਆਪਾਂ ਸੇਵਾ ਕਰਦੇ ਹਾਂ
ਫਿਰ ਤਾਂ ਆਪਾਂ ਹੋਰ ਲੂੜੇ ਲੰਗੜਿਆਂ ਦੀ ਵੀ ਕਰੀਏ। ਇਹ ਸਿਰਫ ਕੰਮ ਕਰਦੇ ਤਾਂ ਕਰੇ ਬ੍ਰਦਰ, ਅਸੀਂ ਲੋਕਾਂ ਨੇ ਕਹਿੰਦੇ ਬੜੇ ਬੰਦੇ ਛੁਡਾ ਲਏ, ਤੁਸੀਂ ਸਾਡਾ ਤੇਲ ਖੋਲ ਕੇ ਦੇਖ ਲਓ। ਇੱਕ ਮਿੰਟ ਬਾਈ ਜੀ, ਆਪਣੀ ਗੱਲੇ ਚੱਲ ਰਹੀ ਹੈ, ਕਿਹੜਾ ਕੋਈ ਉੱਥੇ, ਪਰ ਸਾਡਾ ਗੁੱਸਾ ਤੁਹਾਡੇ ਤੇ ਇਹ ਆ ਵੀ ਬੰਦਾ ਤੁਸੀਂ ਕਰੋ ਗੁੱਸਾ ਸਾਡੇ ਤੇ ਕਰੋ। ਜਦੋਂ ਐਡਰੈਸ ਦੱਸਦਾ ਲੈ ਕੇ ਕਿਉਂ ਨਹੀਂ ਗਿਆ ਬਾਈ ਯਾਰ, ਉਹ ਬੱਚੀ ਉਹਨਾਂ ਦਾ ਕੀ ਕਸੂਰ ਆ ਬਾਪ ਖੋਲਿਆ ਬਾਈ ਯਾਰ, ਉਹਨਾਂ ਦਾ ਕੀ ਕਸੂਰ ਆ ਬਾਈ ਯਾਰ, ਤੂੰ ਸੋਚੋ ਤੁਸੀਂ ਤੂੰ ਮੈਨੂੰ ਤੁਸੀਂ ਕੁਛ ਨਾ ਬੋਲੋ ਬਾਈ ਜੀ, ਉਹ ਹੁਣ ਤੁਸੀਂ ਪਰ ਮਸਲਾ ਇਹ ਆ ਜੀ ਵੀ ਜਦੋਂ ਉਹ ਬੰਦਾ ਤੁਹਾਨੂੰ ਐਡਰੈਸ ਦੱਸਦਾ ਚੱਲ ਬਾਤ ਚੱਪ ਕੁੜੀ ਕੌਣ ਕੋਈ ਨਾ ਭੈਣੇ ਨਹੀਂ ਕੌਣ ਬਣੇ ਹੁਣ ਇਹਦਾ ਕੀ ਇਹਨਾਂ ਚ ਕੋਈ ਹੈਗਾ ਰਿਸ਼ਤੇਦਾਰ ਕਹਾਣੀ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਹੈ ਕਿਹੜਾ ਹੈ? ਅਸੀਂ ਤਾਂ ਹੈ ਨੀ ਕੁਛ ਵੀ ਟੋਰਚਰ ਨੇ 10 ਸਾਲ ਦੇ ਤੁਹਾਡੇ ਲਵੋ ਟੋਰਚਰ ਹੋ ਰਹੇ ਕੰਮ ਕਰਦੇ ਤੁਸੀਂ ਕਮਰਿਆਂ ਚ ਪੈਣੇ ਬਾਬਾ ਜੀ ਉੱਥੇ ਚਲੋ ਮੰਨ ਲਓ ਇਹਨਾਂ ਦੀ ਸਰਪੰਚ ਬੰਦੇ ਨੂੰ ਮੈਂ ਕਿਸੇ ਇੱਕ ਮੋਹਦਵਾਰ ਨੂੰ ਇੱਕ ਨੂੰ ਸੁਣਾ ਦੂੰਗਾ। ਇਹ ਕਹਿੰਦਾ ਵੀ ਮੇਰੇ ਭਾਈ ਆ ਬੰਦਿਆਂ ਨੇ ਸਰਪੰਚ ਜਿਹੜੇ ਜਿਹਦੀ ਡੈਥ ਹੋਈ ਤੁਸੀਂ ਉਹਨਾਂ ਦੇ ਬੇਟੇ ਹੋ ਵੀ ਉਹਨੇ ਮੇਰੇ ਢਿੱਡ ਦੇ ਲੱਤਾਂ ਮਾਰੀਆਂ ਨੇ, ਮੈਂ ਤੁਹਾਨੂੰ ਇਹਦੇ ਮੂੰਹੋਂ ਖਾ ਦਿੰਦਾ, ਮੈਂ ਤੁਹਾਨੂੰ ਅੱਜ ਕਹਿੰਦਾ ਵੀਡੀਓ ਮਾਰੀ ਆ। ਮੇਰੀ ਗੱਲ ਸੁਣੋ ਜੀ, ਆ ਕੱਪੜਿਆਂ ਚ ਬਹੁਤ ਫਰਕ ਹੈ ਘਰ ਦੇ ਸਦੱਸਿਆਂ ਦਾ, ਆਹ ਹਾਲ ਨੀ ਹੁੰਦਾ ਹੈਗਾ, ਸੋਡੇ ਵੀ ਦੇਖ ਲੋ ਹਨਾ ਗੱਦੇ ਵੀ ਨਹੀਂ ਨਹੀਂ ਕੋਲ ਜਦੋਂ ਵੀ ਆਉਣਾ ਨਾ ਬਾਬਾ ਜਦੋਂ ਵੀ ਆਉਣਾ ਪੁੱਛ ਲੋ ਤੁਸੀਂ ਕੁੜੀਆਂ ਨਾਲ ਘਰ ਬਾਈ ਜੀ ਬੱਚੀ ਤੋਂ ਸੁਣੋ ਤੁਸੀਂ ਪਹਿਲਾਂ ਸੁਣੋ ਨਹੀਂ ਕੋਈ ਨੀ ਕੋਈ ਨੀ ਕੋਈ ਨੀ ਕੋਈ 10 ਸਾਲ ਕਿਵੇਂ ਕੱਢੇ ਯਾਰ ਛੱਡੋ ਤੁਸੀਂ ਉਸ ਗੱਲ ਨੂੰ ਛੱਡੋ ਸਰਕਾਰੀ ਨੌਕਰੀ ਕਰੀ ਆ ਸੁਣੋ ਸੁਣੋ ਇਹ ਬੰਦੇ ਪਿੱਛੇ ਤੁਸੀਂ ਸਾਨੂੰ ਜੋ ਕਹਿਣਾ ਚਾਹੁੰਦੇ ਹੋ ਤੁਹਾਡਾ ਅਸਰ ਮੈਂ ਉੱਤੇ ਪਿੰਡ ਕਮੰਦਵਾਲਾ ਜੀ ਕਮੰਦਵਾਲਾ ਜੈਤੋ ਕੋਲੇ ਹਾਂ ਉਧਰੋਂ ਆਇਆ ਮੈਂ ਕਿਹਾ ਪਾਉ 10 ਸਾਲ ਹੋ ਗਏ ਮੰਨ ਰਹੇ ਦੋ ਮਿੰਟ 10 ਸਾਲ ਰੱਖਿਆ ਨਾ ਮੰਨਦੇ ਹੋ ਤੁਸੀਂ 10 ਸਾਲ ਰੱਖੇ ਨਹੀਂ ਹੋ ਗਏ 10 ਸਾਲ 10 ਸਾਲ ਹੋ ਗਏ ਨਾ ਕੰਮ ਕੀਤਾ ਨਾ ਇੱਥੇ 10 ਸਾਲਾਂ ਦੇ ਪੈਸੇ ਲੈ ਕੇ ਜਾਣੇ ਅਸੀਂ
ਦਸ ਸਾਲ ਕੰਮ ਨਹੀਂ ਕੀਤਾ ਦਿਹਾੜੀਦਾਰ ਨੂੰ ਪੈਸੇ ਨਹੀਂ ਦਿੰਦੇ ਤੁਸੀਂ ਪੈਸੇ ਲੈਣੇ ਦਾਖਲ ਕਰਾਂਗੇ ਤੁਸੀਂ ਇੱਧਰ ਆਇਓ ਪਰਿਵਾਰ ਪਰਿਵਾਰ ਕਰੋ ਤੁਸੀਂ ਗੱਲ ਕਰੋ ਯਾਰ ਕੋਈ ਕਿਵੇਂ ਕੇਂਦਰ ਠੀਕ ਆ ਵੀਰੇ ਠੀਕ ਆ ਦੇਖਾਂ ਸਿਰ ਦੇ ਵਿੱਚ ਵੀਰੇ ਆਹ ਕੰਨ ਖੂਨ ਦਾ ਸਾਰੇ ਬਣਾ ਦਿੰਦੇ ਨੂੰ ਕੋਈ ਗੱਲ ਨੀ ਵੀਰੇ ਸਰੀਰ ਦੇਖ ਲਾ ਕਿੰਨਾ ਬਾਈ ਇੱਕ ਮਿੰਟ ਜੀ ਤੁਹਾਡੇ ਕੋਲ ਦਸ ਸਾਲ ਇਹਨੇ ਕੰਮ ਕਰਿਆ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੈਦ ਕੱਟੀ ਇਸ ਤਰ੍ਹਾਂ ਇਹ ਗੱਲ ਕਹਾਂਗੇ ਅਸੀਂ ਪਹਿਲੀ ਗੱਲ ਤਾਂ ਤੁਹਾਡੀ ਗਲਤੀ ਕਿ ਉਹ ਬਾਈ ਨੇ ਕਿਸੇ ਨੇ ਕਿਹਾ ਵੀਰ ਨੇ ਕਹਿੰਦਾ ਜੇ ਤੁਹਾਨੂੰ ਲੱਭ ਗਿਆ ਕਹਿੰਦਾ ਇੰਨਾ ਹੀ ਬਹੁਤ ਵੀਰੇ ਜੇ ਰੋਡ ਤੇ ਹੁੰਦਾ ਨਾ ਮੈਂ ਤੈਨੂੰ 6 ਮਹੀਨੇ ਚ ਲੱਭ ਕੇ ਦਿਖਾਉਂਦਾ ਅਸੀਂ ਝਾਂਸੀ ਅਸੀਂ ਭੇਜਤੇ ਲਖਨਊ ਅਸੀਂ ਭੇਜਤੇ ਗੁਜਰਾਤ ਅਸੀਂ ਤੁਹਾਡੇ ਰਾਜਸਥਾਨ ਦੇ ਬੰਦੇ ਅਸੀਂ ਲੱਭ ਕੇ ਦੇਤੇ ਜੇ ਉਹ ਰੋਡ ਤੇ ਤਾਂ ਲੱਭ ਕੇ ਲੋਕਾਂ ਦੇ ਘਰਾਂ ਚੋਂ ਨਹੀਂ ਅਸੀਂ ਉੱਥੇ ਜਿਹੜੇ ਪਰ ਸਾਡੇ ਮੱਝਾਂ ਦੇ ਬਾੜੇ ਨੇ ਹੁਣ ਚਲੋ ਕਮਿਊਨਿਟੀ ਦਾ ਨਾਮ ਹੀ ਲਊਗਾ ਅਸੀਂ ਅਨੇਕਾਂ ਹੀ ਬੰਦੇ ਛਡਾ ਲਏ ਤੁਹਾਡੇ ਤੱਕ ਵੀਡੀਓ ਪਹੁੰਚੀ ਹੋਣੀ ਸਾਡੀ ਅਨੇਕਾਂ ਬੰਦਿਆਂ ਦੇ ਅਸੀਂ ਘਰ ਲੱਭ ਲਏ ਮਸਲਾ ਕੀ ਆ ਉਹ ਕਿਉਂ 4-4 ਸਾਲ ਲੇਟ ਹੋਏ ਆਹ ਕਿਉਂ 10 ਸਾਲ ਲੇਟ ਹੋਇਆ ਧੀ ਨਾਲੋਂ ਵੱਖ ਹੋਇਆ ਕਿਉਂਕਿ ਤੁਹਾਡੇ ਘਰੇ ਸੀ ਬਾਈ ਜੀ ਇਹ ਜੁਰਮ ਆ ਵੀਰੇ ਤੁਸੀਂ ਚੈੱਕ ਕਰੋ ਯੂਟਿਊਬ ਸਰਚ ਕਰੋ ਲੇਬਰ ਕੋਡ ਦੇ ਹਿਸਾਬ ਨਾਲ ਤੁਹਾਡੇ ਤੇ ਮੁਕੱਦਮਾ ਬਣੂਗਾ ਗੋਆ ਵੀ ਲੈ ਕੇ ਜਾਂਦਾ ਪੱਠੇ ਵੀ ਲੈ ਕੇ ਸਾਨੂੰ ਸਾਰਾ ਕੁਝ ਪਤਾ ਅਸੀਂ ਚੱਕਣ ਨੂੰ ਉੱਥੇ ਰਸਤੇ ਚ ਵੀ ਚੱਕ ਲਾਂਗੇ ਨੂੰ ਬਾਈ ਹੁਣ 10 ਵਜੇ ਜਾਂਦਾ ਅਸੀਂ ਕਿਹੜਾ ਕੋਈ ਉਮੀਦ ਉਹੀ ਥੋੜੀ ਆ ਗਏ ਵੀਰੇ ਜੁਰਮਾਂ ਦਾ ਜੁਰਮ ਨੂੰ ਮੰਨੋ ਗੱਲ ਬਹੁਤ ਸਾਡੀ ਤੁਸੀਂ ਜਿੱਦਾਂ ਮਰਜ਼ੀ ਸਾਨੂੰ ਕਹਿ ਦਿਓ ਅੱਜ ਤੁਸੀਂ ਕਹਿਣ ਦੇ ਵਿੱਚ ਲੇਕਿਨ ਗੱਲ ਇਹ ਕੂਲਰ ਬੰਦ ਕਰੇ ਦੇਖੋ ਬਾਈ ਕਿਵੇਂ ਕਰਨਾ ਫੋਨ ਬਾਬਾ ਜੀ ਬੈਠੋ ਤੁਸੀਂ ਬਾਬਾ ਜੀ ਤੁਸੀਂ
ਠੀਕ ਠਾਕ ਆਇਆ ਸੀ ਘਰੋਂ ਬਾਈ ਠੀਕ ਬ੍ਰਦਰ ਆ ਬੇਟੀ ਆ ਬੇਟਾ ਆਇਆ ਦੀ ਘਰ ਵਾਲੀ ਪਹਿਲਾਂ ਫੋਟੋ ਹੈ ਜੀ ਆਹ ਹੁਣ ਦੀ ਫੋਟੋ ਆਹ ਪਹਿਲਾਂ ਵਾਲੀ ਫੋਟੋ ਹੈ ਮਾਰਕੋ ਗਿਆ ਤਹਿਸੀਲਦਾਰ ਤੋਂ ਸਾਰੀ ਪਛਾਣ ਪੱਤਰ ਦੀ ਆਲ ਹੈ ਆਹ ਫੋਟੋ ਦੇਖੋ ਪਹਿਲਾਂ ਵਾਲੀ ਕੋਈ ਗੱਲ ਇਹ ਵੀਰੇ ਪਿੰਡ ਕਿਹੜਾ ਜੀ ਤਹਿਸੀਲਦਾਰ ਮੈਨੂੰ ਜੱਫੀ ਪਾ ਕੇ ਮਿਲਦਾ ਛੜੇ ਸਾਲ ਦਾ ਵੀ ਨਹੀਂ ਹੋਏ ਕਰਵਾਇਆ ਦੇਖੋ ਤੁਸੀਂ ਇੱਕ ਪਰਿਵਾਰ ਦਾ ਜਦੋਂ ਜੀ ਜਾਂਦਾ ਨਾ ਕਿੰਨਾ ਦੁੱਖ ਲੱਗਦਾ ਉਸ ਧੀ ਤੋਂ ਪੁੱਛੋ ਜਾਂ ਉਸ ਪੁੱਤ ਤੋਂ ਪੁੱਛੋ ਜਾਂ ਉਸ ਭਰਾ ਤੋਂ ਪੁੱਛੋ ਇਹਨਾਂ ਬਾਈਆਂ ਨੂੰ ਦੁੱਖ ਨਹੀਂ ਲੱਗਣਾ ਹੈਗਾ ਰਾਜਸਥਾਨ ਦੇ ਵਿੱਚ ਖੜੇ ਆ ਜੀ ਇਹ ਵੀਰ ਕੇਂਦਰ ਸਿੰਘ ਆ ਜੀ ਇਹ ਪਿਛਲੇ 10-12 ਸਾਲ ਤੋਂ ਲਾਪਤਾ ਸੀਗਾ ਜੀ ਇਹਦੀ ਕਿੱਦਾਂ ਸਾਨੂੰ ਇਤਲਾਹ ਮਿਲੀ ਕਿੱਦਾਂ ਮਿਲੀ ਉਹ ਅਸੀਂ ਤੁਹਾਨੂੰ ਪਰਸਨਲੀ ਦੱਸ ਸਕਦੇ ਹਾਂ ਕਿੱਥੋਂ ਸਾਨੂੰ ਫੋਟੋਆਂ ਮਿਲੀਆਂ ਕਿੱਦਾਂ ਪਰਿਵਾਰ ਤੱਕ ਸਾਰੀ ਗੱਲਬਾਤ ਪਹੁੰਚੀ ਪਰ ਅੱਜ ਇਹਨਾਂ ਦੇ ਭਰਾ ਨੇ ਤੁਹਾਡਾ ਕੀ ਨਾਮ ਹੈ ਜੀ ਰਾਜਾ ਸਿੰਘ ਮੇਰਾ ਸਾਕਾ ਭਰਾ ਤੁਹਾਡਾ ਵੀ ਸਾਕਾ ਭਰਾ ਉਹ ਇਹਨਾਂ ਦਾ ਬੇਟਾ ਜੀ ਕੇਂਦਰ ਸਿੰਘ ਤੁਹਾਡਾ ਕੀ ਨਾਮ ਸਿੰਘ ਗੱਲ ਕਰ ਰਹੇ ਨੇ ਵੀਰ ਉਹਨਾਂ ਨਾਲ ਇਹ ਪਹਿਲਾਂ ਸਾਬਕਾ ਸਰਪੰਚ ਦਾ ਘਰ ਆ ਜੀ ਪਿੰਡ ਦੇ ਵਿੱਚ ਸਰਪੰਚ ਦੀ ਤਾਂ ਡੈਥ ਹੋ ਗਈ ਜੀ ਤੇ ਇਹ ਠੇਕੇ ਦਾ ਕੰਮ ਕਰਦੇ ਨੇ ਜਿਵੇਂ ਦਾਰੂ ਦਾ ਜਿਹੜਾ ਠੇਕਾ ਹੁੰਦਾ ਇਹ ਵੀਰ ਦਾਰੂ ਦੇ ਠੇਕੇ ਕੋਲੇ ਪੱਠੇ ਲੈਣ ਔਰ ਗੋਹਾ ਲੈਣ ਵੀ ਜਾਂਦਾ ਅਸੀਂ ਉਧਰੋਂ ਵੀ ਇਹਨੂੰ ਬੰਦੇ ਨੂੰ ਲੈ ਕੇ ਜਾ ਸਕਦੇ ਸੀ ਪਰ ਸਾਡਾ ਮਕਸਦ ਸੀਗਾ ਵੀ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਾ ਚਾਹੇ ਉਹ ਮਾਇਆ ਦੇ ਰੂਪ ਦੇ ਵਿੱਚ ਹੋ ਚਾਹੇ ਉਹ ਕ੍ਰਿਮੀਨਲ ਜਿੱਦਾਂ ਮਰਜ਼ੀ ਹੋਵੇ ਹੁਣ ਅੱਗੇ ਤੁਸੀਂ ਇਹਨਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਰਿਹਾ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਬਹੁਤ ਵੱਡੇ ਵੱਡੇ ਕਾਰਜ ਹੱਲ ਹੋ ਗਏ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਬੜੀ ਜਲਦੀ ਵੀ ਠੀਕ ਹੋ ਜੂਗਾ 15-20 ਦਿਨ ਦੇ ਵਿੱਚ ਸਾਰਾ ਕੁਝ ਦੱਸਣ ਲੱਗ ਜੂਗਾ ਜਿੱਦਾਂ ਰੰਗੀ ਵੀਰ ਦੱਸਣ ਲੱਗ ਗਿਆ ਸੀ ਨਾ ਵੀ ਮੇਰੇ ਲੱਤਾਂ ਮਾਰਦੇ ਸੀ ਢਿੱਡ 'ਚ ਉੱਦਾਂ 15 ਦਿਨ ਇਹਨੂੰ ਸੰਸਥਾ 'ਚ ਰਹਿਣ ਦਿਓ ਇਹ 15 ਦਿਨ 'ਚ ਸਾਰਾ ਕੁਝ ਦੱਸ ਦੂਗਾ ਕਿੱਥੋਂ ਕੀ ਗੱਲ ਵਾ ਸਾਰਾ ਕੁਝ ਦੱਸ ਦੂਗਾ ਸਾਡੀ ਗਰੰਟੀ ਆ ਬਾਕੀ ਅੱਗੇ ਤੁਸੀਂ ਜ਼ਰੂਰ ਇਸ ਕ੍ਰਾਈਮ ਤੋਂ ਬਚੋ ਜੇ ਤੁਹਾਡੇ ਘਰਾਂ 'ਚ ਵੀ ਇੱਦਾਂ ਦੇ ਬੰਦੇ ਨੇ ਤਾਂ ਜਾ ਕੇ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਦੇ ਘਰ ਤੱਕ ਪਹੁੰਚਾਓ ਇੱਦਾਂ ਬੱਚੀਆਂ ਨਾ ਰੋਲਣ ਜਿੱਦਾਂ ਉਹ ਬੱਚੀ ਰੁਲਦੀ ਹੈ ਨਾ ਉਹਦੀ ਸਰਕਾਰੀ ਨੌਕਰੀ ਤੱਕ ਚਲੀ ਗਈ ਬਾਪ ਤੋਂ ਬਿਨਾਂ ਜਿੱਥੇ ਉਹ ਪੜ੍ਹਨ ਜਾਂਦੀ ਆ ਬੱਚੀ ਪੜ੍ਹਾਉਣ ਜਾਂਦੀ ਆ ਕੁਛ ਕਰਦੀ ਆ ਉੱਥੇ ਪਹਿਲਾਂ ਕਹਿੰਦੇ ਨੇ ਬਾਪ ਨੂੰ ਲੈ ਕੇ ਆ ਤੇ ਬਾਪ ਨਾ ਤਾਂ ਡੈਥ ਕਲੀਅਰ ਸੀ ਆਹ ਤੁਹਾਡੇ ਸਾਹਮਣੇ ਬੈਠਾ
ਉਂਗਲਾਂ ਤੱਕ ਇਹਦੀਆਂ ਕੱਟ ਦਿੱਤੀਆਂ ਗਈਆਂ ਨੇ ਉਂਗਲਾਂ ਮਸ਼ੀਨ ਚ ਕੱਟੀਆਂ ਨੇ ਰੱਬ ਜਾਣੇ ਹੁਣ ਤੱਕ ਕਿਹਦੇ ਘਰੇ ਕੱਟੀਆਂ ਗਈਆਂ ਨੇ ਨਾਮ ਤਾਂ ਉਹਦੀ ਲੱਗੂਗਾ ਨਾ ਵੀਰੇ ਉਂਗਲਾਂ ਸਹੀ ਸੀ ਨਾ ਇੱਧਰ ਕੀ ਹਾਲ ਨੇ ਵੀਰੇ ਠੀਕ ਆ ਵੀਰੇ ਹੈ ਵੀਰੇ ਮੇਰੇ ਨਾਲ ਚੱਲੇਗਾ ਪਿੰਡ ਵੀਰੇ ਠੀਕ ਆ ਤੇਰਾ ਪਿੰਡ ਕਿਹੜਾ ਵੀਰੇ ਮੇਰਾ ਪਿੰਡ ਕੰਦਾਲਾ ਕੰਦਾਲਾ ਬੋਲਿਓ ਨਾ ਅੱਛਾ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਕਿੰਦਰੀ ਅੱਛਾ ਤੁਹਾਡੇ ਬਾਪ ਦਾ ਨਾਮ ਕੀ ਆ ਕਰਤਾਰ ਸਿੰਘ ਕਰਤਾਰ ਸਿੰਘ ਠੀਕ ਆ ਤੇ ਤੁਹਾਡੀ ਬੱਚੇ ਹੈਗੇ ਜੀ ਬੱਚੇ ਹੈਗੇ ਸੀਗੇ ਅੱਛਾ ਜੀ ਮੁੰਡਾ ਕੁੜੀ ਕੀ ਕੁੜੀ ਮੁੰਡਾ ਸੀ ਕੀ ਨਾਮ ਸੀਗਾ ਜੀ ਉਹਨਾਂ ਦਾ ਮੁੰਡੇ ਦਾ ਨਾਮ ਪੀਤੂ ਸੀ ਪੀਤੂ ਦੋ ਮਿੰਟ ਅੱਛਾ ਜੀ ਕੁੜੀ ਦਾ ਨਾਮ ਜੀ ਕੁੜੀ ਦਾ ਨਾਮ ਪਰਮਜੀਤ ਪਰਮਜੀਤ ਪਹਿਲੇ ਤੁਹਾਡਾ ਨਾਮ ਪਰਮਜੀਤ ਨਹੀਂ ਮਨਪ੍ਰੀਤ ਤੇ ਤੁਹਾਡਾ ਨਾਮ ਪੀਤੂ ਮੇਰਾ ਛੋਟ ਨਾਮ ਆ ਜੀ ਪਿੰਡ ਵਾਲਾ ਤੇ ਤੁਹਾਡੇ ਭਰਾ ਦਾ ਕੀ ਨਾਮ ਸੀ ਜੀ ਜਗਦੇਵ ਸਿੰਘ ਮੇਰਾ ਨਾਮ ਜਗਦੇਵ ਦੋ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਸਹੀ ਪਛਾਣ ਦਾ ਥੋੜਾ ਜਿਹਾ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੇਰਾ ਪਰਿਵਾਰ ਆ ਚਲੋ ਨਾਮ ਸਹੀ ਲੈ ਰਿਹਾ ਕੇਂਦਰ ਵੀਰੇ ਇਹ ਜਗਦੇਵ ਸਿੰਘ ਆ ਦੋ ਮਿੰਟ ਕੀ ਦੇਖ ਲਿਆ ਵੀਰੇ ਹੁਣ ਤਾਂ ਦੇਖ ਲਈ ਨਿਸ਼ਾਨੀ ਜੀ ਮੇਰੇ ਭਰਾ ਦੇ ਸੀ ਪੱਕੀ ਗੱਲ ਪੱਕੀ ਗੱਲ ਹੈ ਤੁਸੀਂ ਕਿੱਥੋਂ ਪਛਾਣੇ ਇਹਨਾਂ ਨੂੰ ਖੂਨ ਦਾ ਰਿਸ਼ਤਾ ਉਸ ਬੰਦੇ ਨੇ ਹੁਣ ਤੱਕ ਸੰਗਤ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹੁਣ ਤੱਕ ਉਸ ਬੰਦੇ ਨੇ ਆਪਣੇ ਭਰਾ ਨੂੰ ਨਹੀਂ ਪਛਾਣਿਆ ਸੀ ਪਰ ਜਦੋਂ ਉਹਨਾਂ ਨੇ ਏਦਾਂ ਹੱਥ ਮਿਲਾਇਆ ਤਾਂ ਉਸ ਬੰਦੇ ਨੇ ਕਹਿੰਦਾ ਮੈਂ ਪਛਾਣ ਲਿਆ ਮੇਰਾ ਹੀ ਭਰਾ ਤੁਸੀਂ ਦੇਖੋ ਵੀ ਖੂਨ ਦਾ ਰਿਸ਼ਤਾ ਵਾਕਈ ਯਾਰ ਖੂਨ ਦੇ ਰਿਸ਼ਤੇ ਚ ਪਾਵਰ ਹੁੰਦੀ ਹੈ ਕੇਂਦਰ ਵੀਰੇ ਉਹ ਤੇਰਾ ਪੀਤੂ ਆ ਪੀਤੂ ਦੋ ਮਿੰਟ ਚੁੱਪ ਕਰੋ ਆ ਪੀਤੂ ਆ ਪੀਤੂ ਪਛਾਣ ਲਿਆ ਹੈ ਆਇਆ ਨੀ ਪਛਾਣ ਵੀਰੇ ਪਛਾਣ ਕੌਣ ਆਪਣਾ ਮੁੰਡਾ ਜੀ ਆਪਣਾ ਪੱਕੀ ਗੱਲ ਕਿਵੇਂ ਪਹਿਚਾਣ ਕੀਤੀ ਹੈ ਫਿਰ ਤੁਸੀਂ ਪਛਾਣ ਬਸ ਅੱਛਾ ਆਹ ਕੌਣ ਨੇ ਉੱਥੋਂ ਜਿਹੜੀ ਬਣ ਗਈ ਜੀ ਬਣ ਗਈ ਜਿਹੜੇ ਖੇਤੋਂ ਬਣ ਗਈ ਜੀ ਬਣ ਗਈ ਤੁਸੀਂ ਉਰੇ ਕਿੱਦਾਂ ਪਹੁੰਚੇ ਫਿਰ ਪੰਜਾਬ ਤੋਂ ਤੁਸੀਂ ਉਰੇ ਕਿੱਦਾਂ ਪਹੁੰਚ ਗਏ ਅਸੀਂ ਪਹਿਲਾਂ ਜੈਤੋ ਵਾਲਿਆਂ ਦੇ ਸੀ ਅੱਛਾ ਜੀ ਜੈਤੋ ਵਾਲਿਆਂ ਤੋਂ ਉਹਨਾਂ ਦੀ ਜ਼ਮੀਨ 'ਚ ਰਹਿੰਦੇ ਸੀਗੇ ਜ਼ਮੀਨ ਲਈ ਵੀ ਸੀ ਮੱਖਣ ਸੰਗਤ ਜੀ ਤੁਸੀਂ ਇੱਕ ਗੱਲ ਦੇਖੋ ਇਹ ਬੰਦਾ ਸਾਰਾ ਕੁਝ ਬੋਲ ਕੇ ਦੱਸ ਦੋ ਬਾਈ ਜੀ ਕਹਿੰਦੇ ਬੋਲਦਾ ਨਹੀਂ ਸੀ ਨਾ ਸਾਡੇ ਕੋਲ ਇਹਦੀ ਵੀਡੀਓ ਜਿਹੜੀ ਹੈਗੀ ਆ ਨਾ ਲੱਤਾਂ ਮਾਰਦੇ ਦੀ ਅਸੀਂ ਉਹ ਚਲੋ ਉਰੇ ਨਹੀਂ ਦਿਖਾ ਸਕਦੇ ਕੋਈ ਵੀ ਬੰਦਾ ਪਛਾਣ ਲੂਗਾ ਪਿੰਡ ਦੇ ਬੰਦੇ ਨੂੰ ਪਰ ਇਹ ਦੱਸਦਾ ਮੇਰੇ ਲੱਤਾਂ ਮਾਰ ਕੇ ਢਿੱਡ ਮੇਰੇ ਪਤਾ ਕੀ ਪ੍ਰੋਬਲਮ ਹੈ ਢਿੱਡ 'ਚ ਕੀ ਕਰਦਾ ਛਾਤੀ ਦਰਦ ਇਹ ਸਾਰਾ ਕੁਝ ਦੱਸਦਾ ਵੀਰ ਚਲੋ ਗੁਰੂ ਸਾਹਿਬ ਦੀ ਕਿਰਪਾ ਨੇ ਅਸੀਂ ਲੇਟ ਹੋ ਗਏ ਥੋੜਾ ਜਿਹਾ ਆਉਣ ਦੇ ਵਿੱਚ ਇਸ ਨੂੰ ਬਹੁਤ ਟਾਈਮ ਪਹਿਲਾਂ ਲੈ ਜਾਂਦੇ ਸਾਡੇ ਨਾਲ ਚੱਲ ਤੈਨੂੰ ਪਾਇਆ ਕਰਾਂਗੇ ਅਸੀਂ ਕੁੜੀ ਵਾਲੇ ਕੋਠੇ ਤੋਂ ਵੇਖ ਤੇਰਾ ਹਾਲ ਲੈ ਤੁਹਾਨੂੰ ਐਂ ਤਾਂ ਕੀ ਕਹਿਣਾ ਵੀ ਮੁੰਡਾ ਮਿਲ ਗਿਆ ਚੱਲ ਵਧੀਆ ਘਰੇ ਗਿਆ ਹਾਂ ਤੁਸੀਂ ਉਹ ਕਰਦੇ ਹੋ ਪਾਣੀ ਪੀ ਲੈ ਵੀਰੇ
ਆਪਣਾ ਬੰਦਾ ਲੱਭ ਗਏ ਬਸ ਤੈਨੂੰ ਪੁਸਤ ਲਿਆ ਕੇ ਦਿੱਤਾ ਕਦੇ ਇਹਨਾਂ ਨੇ ਨਹੀਂ ਹੈ ਨਹੀਂ ਦਾਰੂ ਦਾਰੂ ਨਸ਼ਾ ਤਾਂ ਕੋਈ ਨੀ ਦਿੰਦੇ ਦਿੰਦੇ ਆ ਨਸ਼ਾ ਕੋਈ ਨੀ ਦਿੰਦੇ ਦਾਰੂ ਕਦੇ ਕਦੇ ਨਾ ਦਾਰੂ ਵੀ ਨੀ ਪੱਕੀ ਗੱਲ ਪੱਕੀ ਗੱਲ ਕੋਈ ਚੱਕਰ ਨੀ ਸੱਚੀ ਦੱਸੀ ਚੱਕਰ ਬਸ ਆਹੀ ਹੈ ਜੀ ਕਿਤੇ ਗਲਤੀ ਤੁਹਾਨੂੰ ਮੈਂ ਦੱਸੀ ਜਾਂਦਾ ਕਿ ਕੁੱਟਦੇ ਕੁੱਟਦੇ ਜੀ ਤੈਨੂੰ ਬਾਬਾ ਉਹ ਹੱਥ ਨਾਲ ਗਲਤ ਹੋ ਗਏ ਹੋਵੇ ਫਿਰ ਕੁੱਟਦੇ ਮਾਰਦੇ ਸੀ ਜਿਹਦਾ 13 ਸਾਲ ਤੇਰਾ ਵੀ ਡੈਡੀ ਹੋਵੇ ਨਾ ਹੁੰਦਾ ਹੀ ਆ ਭਾਜੀ ਤੁਹਾਨੂੰ 10 ਸਾਲਾਂ ਬਾਅਦ ਮਿਲਿਆ ਮੈਂ ਤੈਨੂੰ ਕਹਿੰਦਾ ਚੀਜ਼ ਫੇਰ ਸਮਝ ਆ ਗਿਆ ਠੀਕ ਆ ਆਪਾਂ ਨੂੰ ਵੀ ਦੁੱਖ ਹੈ ਚੀਜ਼ ਦਾ ਕੋਈ ਫਾਇਦਾ ਨਹੀਂ ਯਾਰ ਦੁੱਖ ਨਹੀਂ ਆਪਦੇ ਡੈਡੀ ਨੂੰ ਨਾ ਇੱਥੇ ਲੈ ਕੇ ਬਿਠਾ ਦੇ ਫਿਰ ਗੱਲ ਕਰੀ ਵੀਰ ਬਣ ਕੇ ਉਹ ਤੂੰ ਪਹਿਲਾਂ ਗੱਲ ਨਾ ਕਰੀ ਭੈਣੇ ਆਹੀ ਕੱਪੜੇ ਪਾ ਕੇ ਤੇ ਆਹੀ ਹਾਲਤ ਕਰ ਤੁਹਾਡੀ ਗੱਲ ਜਮਾ ਸਹੀ ਹੈ ਭਾਦੇ ਨੇ ਹੰਭ ਕੇ ਸਾਨੂੰ ਤਾਂ ਦੱਸ ਵੀ ਇਹ ਆਇਆ ਕਿ ਚੱਕ ਕੇ ਲੈ ਆ ਉਹ ਚੀਜ਼ ਦੀ ਹੋਈ ਜੀ ਉਹ ਚੀਜ਼ ਦੀ ਤਾਂ ਕੋਈ ਦਿੱਕਤ ਨਹੀਂ ਹੋਈ ਤਾਂ ਇਹ ਨਹੀਂ ਸੁਣਿਆ ਸੀ ਕਵੀ ਦਿਆਲਪੁਰ ਟਰੱਕ 'ਚ ਬਿਠਾ ਕੇ ਲੈ ਆ ਕੌਣ ਕਹਿੰਦਾ ਕੋਈ ਕਹਿ ਦਿੰਦੇ ਆਪਦੇ ਤਾਏ ਨੂੰ ਪਿਓ ਕਹਿੰਦੀ ਹੁੰਦੀ ਸੀਗੀ ਜਦੋਂ ਪਿਓ ਦੀ ਗੱਲ ਆਉਂਦੀ ਸੀਗੀ ਗਵਰਨਮੈਂਟਾਂ ਨਹੀਂ ਮੰਨਦੀਆਂ ਸੀ ਗੱਲ ਇਹ ਸਿਰਫ ਮੇਰਾ ਤਾਂ ਦਿਲ ਰੱਖਣ ਲਈ ਮੰਨ ਲੈਂਦੀ ਸੀਗੀ ਪਰ ਗਵਰਨਮੈਂਟਾਂ ਨਹੀਂ ਮੰਨਦੀਆਂ ਵੀਰੇ ਇਸ ਗੱਲ ਨੂੰ ਨਾ ਲੋਕ ਮੰਨਦੇ ਆ ਲੋਕ ਕਹਿੰਦੇ ਇਹਨਾਂ ਨੇ ਜਾਣ ਕੇ ਇਹ ਕੀਤਾ ਉਹਵੇਂ ਕੀਤਾ ਪਤਾ ਕਿੰਨਾ ਕਿੰਨਾ ਕੁਝ ਸਾਨੂੰ ਸੁਣਨ ਨੂੰ ਮਿਲਦਾ ਬਿਨਾ ਪਿਓ ਤੋਂ ਕੁੜੀ ਹੈ ਬਹੁਤ ਕੁਝ ਤਾਨੇ ਸੁਣਨ ਨੂੰ ਮਿਲਦੇ ਆ ਇਹਦਾ ਸਾਰਾ ਟੱਬਰ ਕਮਲਾ ਆਇਆ ਤਾਂ ਅਸੀਂ ਆਪੇ ਕਮਲੇ ਹੋ ਗਏ ਜਦੋਂ ਸਾਡੇ ਦੀ ਆਹ ਹਾਲਤ ਕਰਤੀ ਆਹ ਹਾਲਤ ਬਾਈ ਕੋਈ ਬਗਾਨਾ ਬੰਦਾ ਵੇਖ ਲੈ ਨਾ ਪਟਵਾਰੀ ਤਿੰਨ ਪਟਵਾਰੀ ਬੈਠੇ ਕੋਟਕਪੂਰੇ ਉਹਨਾਂ ਨੇ ਫੋਟੋ ਦੇਖੀ ਸੀ ਇਕੱਲੀ ਉਹਨਾਂ ਨੂੰ ਇੰਨੀ ਦਇਆ ਆਈ ਨਾ ਉਹਨਾਂ ਨੇ ਨਾਲ ਦੀ ਨਾਲ ਸਾਰੇ ਸਾਈਨ ਕਰਵਾਏ ਉਹਦੇ ਨਾਲ ਸਾਰੀ ਨੋਰਮਲ ਕਚਹਿਰੀਆਂ ਦੇ ਜਿੰਨੇ ਸੀ ਨਾ ਕਚਹਿਰੀ ਕੋਟਕਪੂਰੇ ਦੀ ਸਾਰੀ ਹੜਤਾਲ ਤੇ ਸੀ ਜਿੱਦੇ ਉਹ ਸੈਕਟਰੀਆਂ ਨੇ ਮੈਨੂੰ ਰਿਕਾਰਡ ਕੱਢ ਕੇ ਦਿੱਤਾ ਘੰਟੇ ਦੇ ਵਿੱਚ ਵਿੱਚ ਉਹਦੇ ਹੜਤਾਲ ਤੇ ਸੀ ਸਾਰੇ ਬੰਦੇ ਉਹਨਾਂ ਨੂੰ ਇੰਨਾ ਤਰਸ ਆਇਆ ਬਾਈ ਤੇ ਇਹਨਾਂ ਨੂੰ ਜਮਾ ਹੀ ਤਰਸ ਨਹੀਂ ਆਇਆ ਨਾ ਪਿੰਡ ਵਾਲੇ ਨੂੰ ਕਿਸੇ ਨੂੰ ਤਰਸ ਆਇਆ ਕੋਈ ਘੱਟ ਘੱਟ ਪਿੰਡ ਵਾਲੇ ਨੂੰ ਆ ਜਾਂਦਾ ਹਰੀ ਦਾ ਬੰਦਾ ਮਿਲਿਆ ਬਸ ਹੋਰ ਇਹਦੇ ਨਾਲ ਕੋਈ ਰਿਸ਼ਤੇਦਾਰੀ ਹੈ ਕੋਈ ਆਪਣੀ ਕੋਈ ਇਹਨਾਂ ਨਾਲ ਰਿਸ਼ਤੇਦਾਰੀ ਹੈ ਫਿਰ ਇਹਦਾ ਬੰਦਾ ਮਿਲਿਆ ਆਹੀ ਗੱਲ ਹੈ ਇਹਨਾਂ ਦੱਸੋਗਾ ਕੀ ਗੋਹਾ ਹਟਾ ਲਓ ਪੋਚੇ ਲਵਾ ਲਓ ਹੈ ਪੱਠੇ ਵੱਢ ਕੇ ਲਿਆ ਦੁਪਹਿਰੇ ਕੁਤਰਦੇ ਇਹਨਾਂ ਦੀ ਬਸ ਆਹੀ ਹੈ ਇਹ
ਜਿਵੇਂ ਵੀ ਆ ਗਿਆ ਚਾਹੇ ਲਿਆਂਦਾ ਚਾਹੇ ਜਿਵੇਂ ਵੀ ਆ ਗਿਆ ਆਲਰੇਡੀ ਕੰਮ ਹੋ ਗਿਆ ਤਾਂ ਹੋ ਗਿਆ ਮੈਨੂੰ ਪਤਾ ਲੱਗ ਗਿਆ ਤੁਸੀਂ ਬੰਦੇ ਨੂੰ ਲੈ ਦਿੰਦੇ ਹਾਂ ਕਿਤੇ ਹੁਣ ਆਪਾਂ ਕੀ ਹੈ ਵੀ ਆਪਾਂ ਇਹਨਾਂ ਨੂੰ ਐਂ ਕਰ ਦਈਏ ਵਾਹ ਕਰ ਦਈਏ ਫਰੈਂਡ ਦਾ ਜੀ ਕੰਮ ਇਹਨਾਂ ਨੇ ਚੰਗੀ ਤਰ੍ਹਾਂ ਜਲਦੀ ਕੀਤੇ ਪਰ ਜਿਹੜਾ ਉਹਨਾਂ ਨੇ ਕੀਤਾ ਉਹ ਜੀ ਇਹਨਾਂ ਨੇ ਸਿਲਾਈ ਕੀਤੀ ਰੋਟੀ ਪਾਣੀ ਕੀਤੀ ਉਹਦੇ 'ਚ ਤੁਸੀਂ ਕਹੋ ਤਾਂ ਮੂੰਹ ਤੋਂ ਕੱਢੀਏ ਵਾਹ ਇਹਦੇ ਤਾਂ ਨਾ ਕੱਢੀਏ ਜਿੰਨੀ ਫਰੈਂਡੀ ਮੈਂ ਲਾਈ ਉਹਨੇ ਕੌਣ ਦੱਸ ਦੇ ਮੈਂ ਇਹਨਾਂ ਨੇ ਕੀ ਅੱਜ ਕੱਢੀ ਲਾਈ 50,000 50,000 ਰੁਪਏ ਦਿੰਦੇ ਤਾਂ ਵੀ ਨੀ ਆਪਾਂ ਸਾਨ ਕਰਾਉਂਦੇ ਕਿਉਂ ਕਰਾਈਏ ਪੈਣ ਠੀਕ ਨੀ ਜੀ ਉਹਦੇ ਚ ਕੀ ਹੁੰਦਾ ਵੀ 10 ਸਾਲ 21,000 ਉਹਨੇ ਸ਼ਰਮ ਨਾ ਜੀ ਕਹਿੰਦੇ ਨੂੰ ਜੀ ਜੇਕਰ ਤੁਸੀਂ ਚਾਹੁੰਦੇ ਹੋ ਆਪਾਂ ਲੇਬਰ ਕੋਰਟ ਦੇ ਵਿੱਚ ਕੇਸ ਕਰ ਦਿੰਦੇ ਜੀ ਪਰਿਵਾਰ ਨੂੰ ਪਰ ਥੋੜਾ ਫਿਰਨਾ ਤੁਰਨਾ ਪਊਗਾ ਖਰਚਾ ਸੀ ਕੋਈ ਨਹੀਂ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਠੀਕ ਨਹੀਂ ਤੁਸੀਂ ਨਾ ਆਪਾਂ ਪੰਜਾਬ ਦੇ ਵਿੱਚ ਕੇਸ ਦਰਜ ਕਰ ਦਾਂਗੇ ਠੀਕ ਹੈ ਬੱਚੀ ਦੇ ਥਰੂ ਤੇ ਪੇਰੈਂਟ ਦੇ ਥਰੂ ਕੇਸ ਦਰਜ ਕਰਾ ਕੇ ਠੀਕ ਹੈ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਗੁਰੂ ਸਾਹਿਬ ਕਿਰਪਾ ਕਰਨਗੇ ਲੇਬਰ ਕੋਰਟ 'ਚ ਵੀ ਕੇਸ ਲੱਗ ਜੂ ਪੈਸੇ ਤਾਂ ਮਿਲ ਜਾਂਦੇ ਨੇ ਉਹ ਆਪਣਾ ਮਕਸਦ ਆਪਣਾ ਬੰਦਾ ਲੈਣਾ ਸੀਗਾ ਉਹ ਵੀ ਮਿਲ ਗਿਆ ਪਰ ਆਪਣਾ ਮਕਸਦ ਉਹਨੂੰ ਸੇਕ ਲਵਾਉਣਾ ਠੀਕ ਉਹ ਥੋੜਾ ਜਿਹਾ ਉਹਨਾਂ ਦੀਆਂ ਬੀਬੀਆਂ ਹਰਕਤ ਕਰਨ ਨੂੰ ਫਿਰਦੀਆਂ ਸੀ ਥੋੜੀ ਜਿਹੀ ਜਦ ਗੌਰ ਨਾ ਕਰੀ ਹੋਵੇ ਜਿਹੜੀਆਂ ਤੀਵੀਆਂ ਸੀ ਨਾ ਕੁਛ ਹਰਕਤ ਕਰਨ ਨੂੰ ਫਿਰਦੀਆਂ ਸੀ ਕਈ ਵਾਰੀ ਏਦਾਂ ਦੀ ਹਰਕਤ ਲੇਡੀਜ਼ ਕਰ ਦਿੰਦੇ ਹੁੰਦੇ ਨੇ ਬੰਦਿਆਂ ਨੂੰ ਗਲਤ ਦਿਖਾਉਣ ਦੇ ਮਾਰੇ ਕਿ ਸਾਨੂੰ ਘਰੇ ਆ ਕੇ ਤੰਗ ਕਰਦੇ ਨੇ ਤੁਹਾਡੇ ਗੱਡੀ ਕੋਲੇ ਵੀ ਆਏ ਜੀ ਉਹ ਤਾਂ ਚਲੋ ਗੱਡੀ ਕੋਲ ਤਾਂ ਉਹ ਇੱਕ ਸਿੰਘ ਨੇ ਗੱਲ ਵੀ ਸੁਣ ਕੇ ਕਹਿੰਦੇ ਉਹ ਕਹਿ ਰਹੇ ਸੀਗੇ ਕਹਿੰਦੇ ਖੜ ਜਾਓ ਇੱਕ ਮਿੰਟ ਕਿੰਦਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਬੇਟੀ ਆ ਤੇ ਨਾਲ ਉਹਨਾਂ ਦਾ ਬੇਟਾ ਪਰਿਵਾਰਕ ਮੈਂਬਰ ਖੜੇ ਨੇ ਬੜੀ ਖੁਸ਼ੀ ਦੀ ਗੱਲ ਆ ਤੇ ਅੱਗੇ ਕਿਸੇ ਤੁਹਾਨੂੰ ਘਰ ਵੀ ਦਿਖਾਵਾਂਗੇ ਇਹਨਾਂ ਦਾ ਅੱਗੇ ਅੱਗੇ ਤੁਹਾਨੂੰ ਦੱਸਾਂਗੇ ਸਾਰੀ ਗੱਲ ਕੀ ਆ ਜੀ ਕਿੱਦਾਂ ਉਹ ਇੱਦਾਂ ਚਲੇ ਗਏ ਜਦੋਂ ਠੀਕ ਹੋਣਗੇ ਸਾਰਾ ਕੁਝ ਦੱਸਣਗੇ ਹੁਣ ਮਕਸਦ ਇਹ ਆ ਵੀ ਸਾਡਾ ਕੋਈ ਆਫੀਸਰ ਕੋਈ ਵੀ ਜਿਹੜੇ ਉੱਚ ਅਧਿਕਾਰੀ ਨੇ ਸਾਡੀ ਮਦਦ ਕਰ ਸਕਦੇ ਨੇ ਇਸ ਪਰਿਵਾਰ ਦੀ ਖਰਚਾ ਕਰਨ ਨੂੰ ਵੀ ਅਸੀਂ ਤਿਆਰ ਹਾਂ ਤੇ ਇਹਨਾਂ ਦਾ ਹੱਕ ਜ਼ਰੂਰ ਦਿਵਾਇਆ ਜਾਵੇ 10-15 ਸਾਲ ਦਾ ਜਿਹੜਾ 10 ਤੋਂ 15 ਸਾਲ ਹੋਏ ਨੇ ਆਪਾਂ ਨੂੰ ਕਰੈਕਟ ਡੇਟ ਪਤਾ ਜੀ ਕਦੋਂ ਗਏ ਸੀ 2011 ਦੇ ਵਿੱਚ ਗਏ ਸੀ 11 ਚ ਚਲੋ 10 ਸਾਲ ਹੋ ਗਏ ਤੇ ਕੋਈ ਵੀ ਉੱਚ ਅਧਿਕਾਰੀ ਸਾਡੀ ਜੇ ਮਦਦ ਕਰ ਸਕਦੇ ਨੇ ਇਸ ਪਰਿਵਾਰ ਦੀ ਤਾਂ ਅਸੀਂ ਖਰਚਾ ਕਰਨ ਲਈ ਵੀ ਤਿਆਰ ਹਾਂ ਤਾਂ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ 10 ਸਾਲ ਦਾ ਲੇਬਰ ਕੋਰਟ ਦੇ ਹਿਸਾਬ ਨਾਲ ਜਿੰਨੇ ਪੈਸੇ ਬਣਦੇ ਨੇ 18-19 ਲੱਖ ਰੁਪਏ ਬਣਦਾ ਜੀ ਸਾਹਿਬ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਹੱਕ ਜ਼ਰੂਰ ਮਿਲਣਾ ਚਾਹੀਦਾ ਜੀ ਬਾਕੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਧੰਨਵਾਦ ਤੁਹਾਡਾ ਤੇ ਬਾਕੀ ਧੰਨਵਾਦ ਉਹਨਾਂ ਵੀਰਾਂ ਦਾ ਜਿਹਨਾਂ ਨੇ ਇਤਲਾਹ ਦਿੱਤੀ ਆ ਤੇ ਬਾਕੀ ਗੁਰੂ ਸਾਹਿਬ ਦਾ ਬੜਾ ਸ਼ੁਕਰਾਨਾ ਤੇ ਇੱਕ ਬਾਪ ਆਪਣੀ ਧੀ ਨੂੰ ਤੇ ਸਾਰਾ ਪਰਿਵਾਰ ਇਕੱਠੇ ਹੋਏ ਕੀ ਕਹਿਣਾ ਚਾਹੁੰਦੇ ਹੋ ਵੀਰਾਂ ਕੋਈ ਗੱਲ ਨੀ ਬਾਬੇ ਕੋਈ ਗੱਲ ਨੀ ਗੁਰੂ ਸਾਹਿਬ ਕਿਰਪਾ ਕਰਨਾ ਜੀ ਮਹਾਰਾਜ ਲੰਮੀ ਉਮਰ ਬਖਸ਼ੇ ਤੁਹਾਨੂੰ ਵਾਹ ਜੀ
ਗੁਰੂ ਸਾਹਿਬ ਕਿਰਪਾ ਕਰਨ, ਕੋਈ ਗੱਲਿਆ ਨੀ, ਹੁਣ ਆਪਾਂ ਨੂੰ 21,000 ਕਹਿ ਦੇਣਾ। ਹਾਂਜੀ ਚਲੋ ਆਪਾਂ ਹੁਣ ਘਰੇ ਜਾ ਕਰਦੇ ਆ, ਇੰਨੀ ਕੁ ਮਦਦ ਸਾਨੂੰ ਜਦੋਂ ਮਰਜ਼ੀ ਦੱਸਿਓ ਤੁਹਾਡੇ ਨਾਲ। ਕੁੜੀਆਂ ਦਾ ਵਿਆਹ ਹੋ ਗਿਆ ਜੀ? ਪਹਿਚਾਣ ਲਿਆ ਪਰਿਵਾਰ ਵੀਰੇ, ਸਾਰਾ ਪਹਿਚਾਣ ਲਿਆ ਵੀਰੇ, ਖੁਸ਼ ਹੀ ਰਹਿਣਾ ਹੁਣ ਬਾਈ। ਉਹ ਪਹਿਚਾਣ ਗੁੜੀਆ ਨੂੰ ਪਹਿਚਾਣ ਲਿਆ? ਹਾਂਜੀ। ਤੇ ਤੁਹਾਡੇ ਬੇਟੇ ਨੂੰ? ਹਾਂਜੀ। ਠੀਕ ਆ ਠੀਕ। ਕਿੱਧਰ ਵੀਰੇ ਤੁਹਾਨੂੰ ਉਹ ਕੁੱਟਦੇ ਮਾਰਦੇ ਸੀਗੇ ਬੰਦੇ? ਹਾਂਜੀ। ਕਿੱਦਾਂ ਕੁੱਟਦੇ ਸੀ? ਕੋਠੇ ਦੇ ਭੈੜੇ ਕੋਠੇ ਸੀ। ਅੱਛਾ, ਮੈਨੂੰ ਵਿੱਚ ਬੈਠਣ ਦੋ ਫਿਰ ਇੱਕ ਮਿੰਟ। ਨਹੀਂ, ਉਹ ਕਿੱਦਾਂ ਕੁੱਟਦੇ ਸੀਗੇ ਜੀ? ਹਾਂਜੀ, ਉਹ ਤਾਂ ਕਸ ਤੇ ਸੱਟ ਲੈਂਦੇ ਸੀ। ਹਾਂਜੀ, ਆਪਾਂ ਪਾ ਕੇ ਥੱਲੇ। ਹਾਂਜੀ ਹਾਂਜੀ ਹਾਂਜੀ। ਅੱਛਾ, ਤੁਹਾਨੂੰ ਫਰਸ਼ ਤੇ ਪਾ ਕੇ ਜੀ? ਹਾਂ। ਤੇ ਕੁੱਟਦੇ ਕਾਹਦੋਂ ਤੇ ਤੁਸੀਂ ਗਲਤੀ ਕਰਦੇ ਸੀ ਜੀ ਕੋਈ? ਗਲਤੀ ਮਨ ਮੁੱਕੇ ਹੋ ਜਾਂਦੇ। ਅੱਛਾ ਜੀ, ਠੀਕ ਹੈ। ਤੁਸੀਂ ਫਿਰ ਉੱਥੇ ਕਿਉਂ ਨਹੀਂ ਦੱਸਿਆ ਸਾਨੂੰ ਵੀ ਕੁੱਟਦੇ ਸੀ ਜੀ? ਡਰ ਗਏ ਤੁਸੀਂ ਉੱਥੇ? ਹਾਂਜੀ ਆਖਿਆ ਜੀ ਸਭ। ਅੱਛਾ ਜੀ, ਨਹੀਂ ਡੰਡੇ ਮਾਰਦੇ ਸੀ ਜੀ? ਆ ਉਂਗਲਾਂ ਤੁਹਾਡੀਆਂ ਕਿਵੇਂ ਵੱਡੀਆਂ ਗਈਆਂ ਨੇ? ਅੱਛਾ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ। ਅੱਛਾ, ਤੁਹਾਨੂੰ ਫਰਸ਼ ਤੇ ਸਿੱਟ ਕੇ ਡੰਡੇ ਮਾਰਦੇ ਸੀ ਨਾ ਜੀ? ਇਹ ਜਿਹੜਾ ਬੰਦਾ ਮੋਟਾ ਜਿਹਾ ਸੀਗਾ, ਇਹ ਕੁੱਟਦਾ ਸੀਗਾ? ਕਿਹੜਾ ਕੌਣ ਮੁੰਡਾ ਕੁੱਟਦਾ ਸੀ? ਕੁੱਟਦਾ ਤਾਂ ਇਹੀ ਸੀ ਵੱਧ। ਕਿਹੜਾ ਜਿਹੜਾ ਕੀ ਨਾਮ ਸੀ ਜਿਹੜਾ ਕੁੱਟਦਾ ਸੀ ਜੀ? ਨਾਂ ਤਾਂ ਗਰਨੇਸ਼ ਆ ਜੀ। ਗਰਨੇਸ਼ ਜੀ? ਹਾਂ। ਅੱਛਾ, ਜਿਹੜਾ ਮੋਟਾ ਜਿਹਾ ਸੀ ਪੱਕੇ ਚ ਰੰਗ ਵਾਲਾ ਜੀ? ਅੱਛਾ, ਉਹ ਕੁੱਟਦਾ ਸੀ ਜੀ? ਕੋਈ ਗੱਲ ਨੀ, ਦੇਖਿਓ ਵੀਡੀਓ ਬਣ ਰਹੀ ਹੈ, ਲਾਹਨਤਾਂ ਪੈਂਦੀ ਉਹਨਾਂ ਨੂੰ। ਗੁਰੂ ਸਾਹਿਬ ਕਿਰਪਾ ਕਰਨਗੇ, ਉਹ ਸਿੰਘਾਂ ਤੋਂ ਅਰਦਾਸ ਕਰਾਉਂਦੇ ਆ, ਖੜ ਕੇ ਪਰਿਵਾਰਾਂ ਬੱਚਿਆਂ ਚ ਨਿਕਲੂ ਉਹਨਾਂ ਦੇ ਜਿਹੜੇ ਤੁਹਾਡੇ ਤਸ਼ੱਦਦ ਕੀਤਾ। ਗੁਰੂ ਸਾਹਿਬ, ਆਪਾਂ ਨੂੰ ਪਰਮਾਤਮਾ ਤੇ ਇਤਬਾਰ ਆ ਕਿ ਪਰਮਾਤਮਾ ਨੇ ਸਜ਼ਾ ਜ਼ਰੂਰ ਦੇਣੀ ਉਹਨਾਂ ਨੂੰ। ਗੁਰੂ ਸਾਹਿਬ ਕਿਰਪਾ ਕਰਨ, ਚਲੋ ਘਰੇ ਚੱਲਦੇ ਆ ਜੀ ਆਪਾਂ। ਸੱਚੇ ਤੁਸੀਂ ਦੇਖ ਲਿਆ ਸੰਗਤ ਜੀ? ਇਹ ਇਹ ਤੁਸੀਂ ਰੋਕੋ, ਥੋੜੇ ਦਿਨ ਰੋਕੋ, 10-15 ਦਿਨ। ਇਹ ਬਹੁਤ ਕੁਛ ਦੱਸਣਗੇ, ਤੁਸੀਂ ਦੇਖੀ ਜਾਓ। ਇਹ 10-15 ਦਿਨ ਦੇ ਵਿੱਚ ਦਵਾਈ ਦੇਣ ਤੋਂ ਬਾਅਦ ਇਹ ਬਹੁਤ ਕੁਛ ਦੱਸਣਗੇ, ਤੁਸੀਂ ਸੋਚ ਵੀ ਨਹੀਂ ਸਕਦੇ ਕਿੱਦਾਂ ਦੇ ਜ਼ੁਲਮੀ ਲੋਕ ਇਹ ਬਣ ਜਾਂਦੇ ਨੇ, ਇੰਨਾ ਜ਼ੁਲਮ ਕਰਦੇ ਨੇ। ਇੱਕ ਮਾਸੂਮ ਇਨਸਾਨਾਂ ਦੇ ਉੱਪਰ ਜ਼ੁਲਮ ਕਰਦਾ, ਤੁਸੀਂ ਇੱਕ ਗੱਲ ਦੇਖੋ, ਇੱਕ ਜਾਨਵਰ ਆਪਦੇ ਬੱਚੇ ਨੂੰ ਢਿੱਡ ਨਾਲ ਲਾ ਕੇ ਰੱਖਦਾ, ਦੂਜੇ ਲੱਤ ਮਾਰਦਾ। ਇਹ ਜਾਨਵਰਾਂ ਤੋਂ ਵੀ ਭੈੜੇ ਹੋ ਗਏ, ਇਹ ਦੂਜੇ ਦੇ ਲੱਤਾਂ 'ਚ ਡੰਡੇ ਵੀ ਮਾਰਦੇ ਨੇ। ਜਾਨਵਰ ਆਪਦੇ ਬੱਚੇ ਨੂੰ ਜਿੱਕ ਨਾਲ ਲਾ ਕੇ ਰੱਖਦਾ, ਦੂਜੇ ਦੇ ਲੱਤ ਮਾਰ ਦਿੰਦਾ, ਜਿੱਦਾਂ ਬਾਂਦਰੀ ਹੁੰਦੀ ਆ। ਇਹ ਉਹ ਜਾਨਵਰ ਨਾਲ ਹੀ ਭੈੜੇ ਬਣ ਗਏ, ਇੱਦਾਂ ਦੇ ਲੋਕ ਜਲਾਦ ਬਣ ਗਏ, ਇਹ ਕਹਿ ਸਕਦੇ। ਦੋ ਵਾਰੀ ਭੱਜਿਆ ਸੀਗਾ, ਮੈਨੂੰ ਗਲੀ ਚੋਂ ਮੋੜ ਲਿਆਉਂਦੇ ਸੀਗੇ ਦੋਨੇ। ਐਂ ਦੱਸ ਇਹਨਾਂ ਦੀ ਚੱਲਦੀ ਸੀ, ਗਾਂ ਨੇ ਗਿਆ 10 ਪਾ ਕੇ ਜੈਤੋ ਵਾਲਿਆਂ ਦੇ ਕੱਲੇ ਰਹਿੰਦੇ ਕਰਕੇ ਤੇ ਅਸੀਂ ਮੁੜੇ।
ਓਕੇ ਫਿਰ ਇਹਨਾਂ ਨੇ ਫਿਰ ਮੁੜ ਕੇ ਤੁਹਾਨੂੰ ਨਿਕਲ ਨੀ ਦਿੱਤਾ ਹਨਾ ਦੇਖ ਲਓ ਇਹਨਾਂ ਨੇ ਇੱਥੇ ਗਲਤ ਬੰਦੇ ਸੀ ਨਾ ਜੀ ਸਹੀ ਬੰਦੇ ਤਾਂ ਨੀ ਸੀਗੇ ਉਹ ਕਹਿੰਦੇ ਤੁਹਾਡੀ ਅਸੀਂ ਸੇਵਾ ਕਰਦੇ ਤੁਹਾਡੀ ਸੇਵਾ ਕਰਦੇ ਤੇ ਉਹ ਸੇਵਾ ਤਾਂ ਨੀ ਕਰਦੇ ਸੀ ਤੁਹਾਡੀ ਕਰਦੇ ਸੀ ਦੱਸੇ ਰਹੇ ਨੇ ਸਾਰਾ ਕੁਛ ਸੱਚ ਚਲੋ ਬਾਕੀ ਸੰਗਤ ਵੀਡੀਓ ਦੇ ਨਾਲ ਜੁੜੇ ਰਹੇ ਹੋ ਜੀ ਤੁਹਾਡਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੁਸੀਂ ਨਾਲ ਜੁੜੇ ਹੋ ਤੁਹਾਡੇ ਕਰਕੇ ਅਸੀਂ ਇਹ ਕਾਰਜ ਕਰ ਪਾਉਂਦੇ ਹਾਂ ਜੀ ਅੱਜ ਰਾਜਸਥਾਨ ਦੇ ਵਿੱਚ ਅਸੀਂ ਖੜੇ ਹਾਂ ਜੀ ਇਸ ਟਾਈਮ ਵੀ ਗੰਗਾਨਗਰ ਤੋਂ ਥੋੜਾ ਜਿਹਾ ਅੱਗੇ ਜੀ ਬਾਕੀ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਵੀ ਕਿਸੇ ਮਾਂ ਬਾਪਾਂ ਦਾ ਜਿਹੜਾ ਬੱਚਾ ਕਿਸੇ ਭੈਣ ਦਾ ਭਰਾ ਕਿਸੇ ਧੀ ਦਾ ਪੁੱਤ ਕਿਸੇ ਭੈਣ ਦਾ ਬਾਪ ਜਿੱਦਾਂ ਵੀ ਤੁਸੀਂ ਰਿਸ਼ਤੇ ਲਾ ਲਓ ਕਿ ਕੋਈ ਨਾ ਕੋਈ ਘਰੇ ਆ ਸਕਦਾ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਧੰਨਵਾਦ ਜੀ ਵੀਡੀਓ ਨਾਲ ਜ਼ਰੂਰ ਅੰਤ ਤੱਕ ਜੁੜੇ ਰਹੋ ਜੀ ਹਾਂਜੀ ਵੀਰੇ ਖੁਸ਼ ਹੋ ਅੱਜ ਬਰੂਰ ਆਓ ਲਓ ਜੀ ਅਸੀਂ ਕੰਧ ਵਾਲੇ ਪਿੰਡ ਪਹੁੰਚ ਚੁੱਕੇ ਹਾਂ ਜੀ ਅਬੋਹਰ ਸ਼ਹਿਰ ਦੇ ਨੇੜੇ ਕਿਹੜਾ ਪਿੰਡ ਆ ਜੀ ਇਹ ਰੂੜੇ ਵਾਲੀ ਲਓ ਜੀ ਇਹ ਵੀਰ ਦਾ ਕਿਹੜੇ ਘਰੇ ਪਹੁੰਚ ਗਏ ਜੀ ਆਪਾਂ ਇਹ ਕਿਹਦਾ ਘਰ ਆ ਜੀ ਇਹ ਆਪਣਾ ਪੱਕੀ ਗੱਲ ਆ ਜੀ ਹੁਣ ਤਾਂ ਪਹਿਚਾਣ ਆ ਗਿਆ ਤੁਹਾਡੇ ਸਾਰਾ ਪਰਿਵਾਰ ਆ ਦੇਖੋ ਤੁਸੀਂ ਆਪਦੇ ਪਰਿਵਾਰ ਚ ਆ ਗਏ ਹੁਣ ਕਿੰਨਾ ਕੁ ਖੁਸ਼ ਹੋ ਵਾਹ ਜੀ ਵਾਹ ਲਓ ਜੀ ਸਾਰਾ ਪਰਿਵਾਰ ਖੜਾ ਜੀ ਤੇ ਅਸੀਂ ਪਹੁੰਚ ਚੁੱਕੇ ਹਾਂ ਘਰੇ ਬਾਈ ਦੇ ਤੇ ਉਹਦੇ ਡੰਗਰਾਂ ਨਾਲ ਘਰ ਦੇਖ ਕੇ ਸਵੀਰ ਨੇ ਕਿਹਾ ਕਹਿੰਦਾ ਆਪਣਾ ਘਰ ਆ ਰਸਤੇ ਚ ਆਉਂਦੇ ਆਉਂਦੇ ਸਾਰਾ ਕੁਝ ਯਾਦ ਕਰ ਲਿਆ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਖੁਸ਼ੀ ਹੋਈ ਸਾਰੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਜਿਹੜੇ ਅਸੀਂ ਇਹ ਕਾਰਜ ਕਰਨ ਦੇ ਵਿੱਚ ਕਾਮਯਾਬ ਹੋਇਆ ਬਹੁਤ ਬਹੁਤ ਸ਼ੁਕਰਾਨਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਿਹਨਾਂ ਕਰਕੇ ਅਸੀਂ ਇਹ ਕਾਰਜ ਕਰ ਪਾਉਂਦੇ ਹਾਂ ਜੀ ਤੇ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦੇਖਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਤੁਹਾਡੀਆਂ ਦਵਾਵਾਂ ਸਦਕੇ ਇੱਕ ਇੱਕ ਇਨਸਾਨ ਨੂੰ ਘਰੇ ਲਿਆਉਣ ਦੇ ਵਿੱਚ ਕਾਮਯਾਬ ਹੋਇਆ ਇਹ ਪਿੰਡ ਰੂੜੇ ਵਾਲੀ ਆ ਜੀ ਅਬੋਹਰ ਸ਼ਹਿਰ ਦੇ ਨੇੜੇ ਜੀ ਤੇ ਇਹਨਾਂ ਬਾਰੇ ਅਸੀਂ ਕੁਛ ਕੁ ਗੱਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਉਂਕਿ ਜਿਹੜਾ ਪਰਿਵਾਰ ਹੈ ਜੀ ਇਹਨਾਂ ਨੇ ਪਰਿਵਾਰ ਨੇ ਆਸ ਛੱਡਤੀ ਸੀ ਜੀ ਵੀਰੇ ਤੁਹਾਨੂੰ ਸੀਗਾ ਵੀ ਤੁਹਾਡੇ ਫਾਦਰ ਹੋਣਗੇ ਜੀ ਕੀ ਸੋਚਦੇ ਪਿੰਡ ਦੇ ਵਿੱਚ ਕੀ ਗੱਲ ਚੱਲਦੀ ਸੀ ਜੀ ਬਸ ਐਂ ਸੀਗਾ ਜੀ ਸਾਰੇ ਪਿੰਡ ਦੇ ਆਂਦੇ ਐਕਸਪਾਇਰ ਹੋ ਗਏ ਜੀ ਜਦੋਂ ਪਤਾ ਹੀ ਲੱਗਾ 11 ਸਾਲ ਹੋ ਗਏ ਜੀ ਇਹ ਉਰੋਂ ਕੀ ਕਰਨ ਗਏ ਸੀ ਜੀ ਬਸ ਕੁਛ ਨਹੀਂ ਘਰੇ ਬਸ ਕਹਿੰਦੇ ਵੀ ਮੈਂ ਭੂਆ ਜੀ ਕੋਲੇ ਚੱਲੇ ਆ ਬਸ ਓਕੇ ਬਸ ਉੱਥੇ ਹੀ ਗਾਂ ਚਲੇ ਗਏ ਜੀ ਓਕੇ ਓਕੇ ਤੇ ਇਹ ਬੇਟਾ ਉਹਨਾਂ ਦਾ ਕਿ ਇਹਨਾਂ ਦਾ ਉਹਨਾਂ ਦੀ ਜਾਣ ਦੇ ਬਾਅਦ ਇਹਨਾਂ ਦਾ ਵਿਆਹ ਹੋਇਆ ਜੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵਿਆਹ ਹੋਇਆ ਬਹੁਤ ਜ਼ਿਆਦਾ ਸਰੀਰ ਕੋਈ ਫੋਟੋ ਹੈਗੀ ਤੁਹਾਡੇ ਫਾਦਰ ਸਾਹਿਬ ਦੀ ਪੁਰਾਣੀ ਕੋਈ ਓਕੇ ਤੁਸੀਂ ਭੈਣੇ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਜੀ ਕਿਉਂਕਿ ਭੈਣੇ ਹੋਰ ਵੀ ਬੜੇ ਨਾ ਇਦਾਂ ਦੇ ਜਿਹੜੇ ਲੋਕੀ ਨੇ ਉਹ ਬੜੇ ਹੀ ਪੰਜਾਬ ਤੋਂ ਬਾਹਰ ਤੇ ਪੰਜਾਬ ਦੇ ਵਿੱਚ ਐਮਪੀ ਦੇ ਯੂਪੀ ਦੇ ਬੜੇ ਬੰਦੇ ਫਸੇ ਪਏ ਨੇ ਜੀ ਲੋਕ ਸਾਡੀ ਕਾਫੀ ਜਗ੍ਹਾ ਤੇ ਮਦਦ ਕਰਨ ਲਈ ਅੱਗੇ ਹੀ ਨਹੀਂ ਆਉਂਦੇ ਜੀ ਅਗਲਾ ਕਹਿੰਦਾ ਆਪਾਂ ਕੀ ਲੈਣਾ ਜੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਤੁਹਾਡੇ ਫਾਦਰ ਘਰੇ ਆਏ ਨੇ ਜੀ ਇੱਕ ਮੈਂ ਤਾਂ ਜੀ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਬੰਦੇ ਇਦਾਂ ਫਸੇ ਹੋਏ ਆ ਮੇਰੇ ਪਾਪਾ ਦੀ ਤਰ੍ਹਾਂ ਪਲੀਜ਼ ਉਹਨਾਂ ਨੂੰ ਉਤੋਂ ਦੇ ਘਰੇ ਪਹੁੰਚਾਓ ਕੱਢੋ ਉਥੋਂ ਕਿਉਂਕਿ ਹਰ ਇੱਕ ਬੰਦਾ ਨਰਕ ਦੇ ਵਿੱਚ ਫਸਿਆ ਹੋਇਆ ਮੇਰੇ ਪਾਪਾ ਦੀ ਹਾਲਤ ਬਹੁਤ ਬੁਰੀ ਕਰਤੀ ਉਹਨਾਂ ਨੇ ਕੁੱਟਦੇ ਵੀ ਆ ਉਹਨਾਂ ਬੰਦਿਆਂ ਨੂੰ ਮਾਰਦੇ ਵੀ ਆ ਔਰ ਕੰਮ ਵੀ ਕਰਾਉਂਦੇ ਆ ਤਾਂ ਹੱਥ ਜੋੜ ਕੇ ਬੇਨਤੀ ਹੈ ਪੂਰੇ ਦੇਸ਼ ਨੂੰ ਕਿ ਪਲੀਜ਼ ਇਹਨਾਂ ਲੋਕਾਂ ਦੀ ਮਦਦ ਕਰੋ ਇਹਨਾਂ ਨੂੰ ਉਥੋਂ ਕੱਢੋ ਤਾਂ ਕਿ ਇਹ ਆਪਦੇ ਪਰਿਵਾਰ ਤੱਕ ਪਹੁੰਚ ਸਕਣ ਤੇ ਆਪਦੇ ਪਰਿਵਾਰ ਦੇ ਨਾਲ ਰਹਿ ਸਕਣ ਤਾਂ ਕਿ ਮੇਰੇ ਵਰਗੀ ਕੋਈ ਵੀ ਧੀ ਨਾ ਹੋਵੇ ਜਿਹਨੂੰ ਆਪਦੇ ਪਿਓ ਨਾ ਮਿਲੇ ਕਦੇ ਵੀ 10 ਸਾਲ ਤੱਕ ਦੂਰ ਨਾ ਰਵੇ ਕੋਈ ਧੀ ਆਪਦੇ ਪਿਓ ਤੋਂ ਹੱਥ ਜੋੜ ਕੇ ਬੇਨਤੀ ਹੈ ਸਾਰੇ ਬੰਦਿਆਂ ਨੂੰ ਹਰ ਇੱਕ ਬੰਦੇ ਨੂੰ ਆਪਦੇ ਆਪਦੇ ਘਰੇ ਭੇਜੋ ਮਦਦ ਕਰੋ ਇਸ ਸੋਸਾਇਟੀ ਦੀ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨਾਂ ਦੇ ਨਾਲ ਜੁੜੋ ਇਹਨਾਂ ਦੀ ਮਦਦ ਕਰੋ ਵਿਚਾਰਿਆਂ ਦੀ ਬਾਕੀ ਸੰਜੀ ਜੀ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੋਰ ਭੈਣ ਭਰਾਵਾਂ ਤੱਕ ਇਹ ਆਵਾਜ਼ ਪਹੁੰਚਣੀ ਆ ਹੋਰ ਇਦਾਂ ਦੇ ਬੜੇ ਵੀਰ ਨੇ ਜਿਹੜੇ ਪੰਜਾਬ ਦੇ ਵਿੱਚ ਇਦਾਂ ਦੇ ਤੁਸੀਂ ਸੋਚ ਵੀ ਨਹੀਂ ਸਕਦੇ ਕਈ ਲੱਖਾਂ ਦੇ ਵਿੱਚ ਜਿਹੜੇ ਪੰਜਾਬੀ ਭਰਾ ਨੇ
ਉਹ ਪੰਜਾਬ ਤੋਂ ਬਾਹਰ ਮਿਲਦੇ ਨੇ ਕਿਉਂਕਿ ਕੀ ਗੱਲ ਕੀ ਹੈ, ਟ੍ਰਾਂਸਫਰ ਕਰ ਲੈਂਦੇ ਨੇ ਜੀ। ਹੁਣ ਤੁਹਾਨੂੰ ਅਸੀਂ ਕੁਝ ਦੱਸਣਾ ਨਹੀਂ ਚਾਹੁੰਦੇ ਬੋਲ ਕੇ, ਪੰਜਾਬ ਦੇ ਬੰਦੇ ਤੁਹਾਨੂੰ ਯੂਪੀ ਤੋਂ MP ਤੋਂ ਰਾਜਸਥਾਨ ਤੋਂ ਮਿਲਣਗੇ, ਤੇ ਰਾਜਸਥਾਨੀ ਯੂਪੀ ਦੇ MP ਦੇ ਪੰਜਾਬ ਚ ਮਿਲਣਗੇ। ਜਿੰਨੇ ਪੰਜਾਬ ਦੇ ਆਸ਼ਰਮ ਨੇ 70% UP MP ਦੇ ਬੰਦਿਆਂ ਨਾਲ ਭਰੇ ਪਏ ਨੇ। ਕਾਰਨ ਕੀ ਆ, ਜਦੋਂ ਕਿਸੇ ਨੂੰ ਇੱਦਾਂ ਦਾ ਬੰਦਾ ਮਿਲਦਾ ਤਾਂ ਉਹ ਐਕਸਚੇਂਜ ਕਰ ਲੈਂਦੇ ਨੇ, ਬਾਹਰੀਆਂ ਸਟੇਟਾਂ ਦੇ ਵਿੱਚ ਵੀ ਬੰਦਾ ਲੱਭੇ ਹੀ ਨਾ। ਇਸ ਕਰਕੇ ਆਪਾਂ ਸਾਰੇ ਭੈਣ ਭਰਾ ਇਸ ਵੀਡੀਓ ਨੂੰ ਸ਼ੇਅਰ ਕਰੀਏ ਤੇ ਅੱਗੇ ਅੱਗੇ ਹੋਰ ਇੱਦਾਂ ਦੇ ਵੀਰ ਭਰਾਵਾਂ ਦੀ ਮਦਦ ਕਰਨ ਲਈ ਅੱਗੇ ਆਈਏ। ਵੀਰ ਬੋਲੋ ਕੁਛ। ਠੀਕ ਹੈ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਘਰ ਜ਼ਰੂਰ ਦਿਖਾ ਦਿਓ ਸਾਰਾ ਵੀਰੇ, ਸਾਰਾ ਵੀਰਾਂ ਨੂੰ ਬੈਠੇ ਦਿਖਾ ਦਿਓ।